ओम शांति ਅੱਜ 19 12 2023 ਦੀ ਬਣੀ ਹੈ। ਬਾਬਾ ਆਖਦੇ ਨੇ ਮਿੱਠੇ ਬੱਚੇ ਸਰਵਿਸ ਦੇ ਬਾਦੇ ਲਈ ਨਵੇਂ-ਨਵੇਂ ਤਰੀਕੇ ਕੱਢੋ। ਪਿੰਡ ਵਿਦ ਜਾ ਕੇ ਸਰਵਿਸ ਕਰੋ। ਸਰਵਿਸ ਕਰਨ ਦੇ ਲਈ ਗਿਆਨ ਦੀ ਬਹੁਤ ਸਮਝ ਚਾਹੀਦੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ। ਬੁੱਧੀ ਤੋਂ ਪੁਰਾਣੀ ਦੁਨੀਆ ਭੁੱਲਦੀ ਜਾਵੇ ਇਸ ਦੀ ਸਹਿਜ ਜੁਕਤੀ ਕੀ ਹੈ? ਅੱਜ ਬਾਬਾ ਦਾ ਉੱਤਰ ਹੈ। ਘਰ ਨੂੰ ਕੜੀ-ਕੜੀ ਯਾਦ ਕਰੋ ਬੁੱਧੀ ਵਿੱਚ ਰਹੇ ਹੁਣ ਮੌਤ ਦੀ ਦੁਨੀਆ ਤੋਂ ਹਿਸਾਬ ਕਿਤਾਬ ਚੁਕਤੋ ਕਰਕੇ ਅਮਰ ਲੋਕ ਜਾਣਾ ਹੈ ਦੇਹ ਤੋਂ ਵੀ ਬੇਕਰ ਇਹ ਦੇਹ ਵੀ ਆਪਣੀ ਨਹੀਂ ਇਸ ਤਰ੍ਹਾਂ ਦਾ ਅਭਿਆਸ ਹੋਵੇ ਤਾਂ ਪੁਰਾਣੀ ਦੁਨੀਆ ਭੁੱਲ ਜਾਵੇਗੀ ਇਸ ਪੁਰਾਣੀ ਦੁਨੀਆ ਵਿੱਚ ਰੰਦੇ ਆਪਣੀ ਪਰਿਪੱਕ ਅਵਸਥਾ ਬਣਾਉਣੀ ਹੈ ਇੱਕ ਰਸ ਅਵਸਥਾ ਦੇ ਲਈ ਮਿਹਨਤ ਕਰਨੀ ਹੈ ਗੀਤਾ ਮਾਤਾ ਓ ਮਾਤਾ ਓਮ ਸ਼ਾਂਤੀ ਜਗ ਤੰਬਾ ਦੀ ਮਹਿਮਾ ਭਾਰਤ ਵਿੱਚ ਬਹੁਤ ਹੈ ਜਗ ਤੰਬਾ ਨੂੰ ਭਾਰਤ ਵਾਸੀਆਂ ਦੇ ਸਿਵਾਏ ਕੋਈ ਵੀ ਜਾਣਦੇ ਨਹੀਂ ਨਾਮ ਸੁਣਾਇਆ ਹੈ ਜਿਸ ਨੂੰ ਏਬ ਮਤਲਬ ਬੀਵੀ ਵੀ ਕਹਿੰਦੇ ਹੈ ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਬੀਵੀ ਅਤੇ ਮਾਲਿਕ ਦੇ ਸਿਵਾਏ ਰਚਨਾ ਤਾਂ ਰਚੀ ਨਹੀਂ ਜਾ ਸਕਦੀ ਜਰੂਰ ਜਗ ਤੰਬਾ ਨੂੰ ਪ੍ਰਗਟ ਹੋਣਾ ਪਵੇ ਜਰੂਰ ਸੀ ਤਾਂ ਹੀ ਤੇ ਗਾਇਨ ਕਰਦੇ ਹੈ ਭਾਰਤ ਦੀ ਮਹਿਮਾ ਬਹੁਤ ਹੈ ਸਵਰਗ ਵੀ ਕਹਿੰਦੇ ਹੈ ਅਤੇ ਇਹ ਵੀ ਜਾਣਦੇ ਹੈ ਕਿ ਭਾਰਤ ਹੀ ਪ੍ਰਾਚੀਨ ਸੀ ਇਸ ਲਈ ਜ਼ਰੂਰ ਹੈਵਨ ਹੋਣਾ ਚਾਹੀਦਾ ਹੈ ਇਹ ਤੁਸੀਂ ਈਸ਼ਵਰ ਦੀ ਔਲਾਦ ਬਗੈਰ ਕੋਈ ਸਮਝ ਨਹੀਂ ਸਕਦਾ ਇਹਨਾਂ ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੈ ਉਹੀ ਆਉਂਦੇ ਰਹਿਣਗੇ ਪ੍ਰਦਰਸ਼ਨੀ ਚੱਲਦੀ ਹੈ ਸਮਝਦੇ ਹੈ ਕਲਪ ਪਹਿਲੇ ਵੀ ਕੀਤੀ ਹੋਵੇਗੀ ਸਭ ਨੂੰ ਸਮਝਾਣ ਲਈ ਅੱਖਰ ਵੱਡੇ ਵਧੀਆ ਹੈ ਪਵਿੱਤਰ ਆਤਮਾ ਪਵਿੱਤਰਤਾ ਦੇ ਨਾਲ ਤੁਸੀਂ ਲਾਈਟ ਦਾ ਤਾਜ ਪਾਉਂਦੇ ਹੋ ਦੂਜਾ ਪੁੰਨਿਆ ਆਤਮਾ ਉਸ ਨੂੰ ਕਿਹਾ ਜਾਂਦਾ ਹੈ ਜੋ দান ਪੁੰਨਿਆ ਕਰਦੇ ਹੈ ਉਸ ਨੂੰ ਅੰਗਰੇਜ਼ੀ ਵਿੱਚ ਫੈਥਲੋਫਿਸਟ ਵੀ ਕਿਹਾ ਜਾਂਦਾ ਹੈ ਪਵਿੱਤਰਤਾ ਨੂੰ ਵਾਈਸਲੈਸ ਕਹਾਂਗੇ ਵੱਖ-ਵੱਖ ਅੱਖਰ ਹੈ ਭਾਰਤ ਵਿੱਚ দান ਪੁੰਨਿਆ ਹੁੰਦਾ ਤਾਂ ਬਹੁਤ ਹੈ ਪਰ ਅਕਸਰ ਕਰਕੇ দান ਕਰਦੇ ਹੈ ਗੁਰੂਆਂ ਨੂੰ ਹੁਣ ਉਹਨਾਂ ਨੂੰ ਪਵਿੱਤਰ ਆਤਮਾ ਦਾ ਭਾਵੇਂ ਕਹੀਏ ਪਰ ਪੁੰਨਿਆ ਆਤਮਾ ਨਹੀਂ ਕਹਿ ਸਕਦੇ ਉਹ দান ਪੁੰਨਿਆ ਨਹੀਂ ਕਰਦੇ ਹੈ ਉਹ ਤੇ দান ਪੁੰਨਿਆ ਲੈਂਦੇ ਹੈ ਤਾਂ ਇਹਨਾਂ ਸਭ ਤੋਂ ਬੁੱਧੀ ਜੋਗ ਟੁੱਟ ਕੇ ਬਾਪ ਨਾਲ ਜੁੜ ਜਾਏ ਇਸ ਦੇ ਲਈ ਬਾਪ ਨੂੰ ਸਮਝਾਉਣਾ ਪੈਂਦਾ ਹੈ ਕਿ ਇਹ ਠੀਕ ਨਹੀਂ ਹੈ ਐਨਾ ਸਾਰਿਆਂ ਦਾ ਉਦਾਰ ਕਰਨ ਮੈਂ ਆਉਂਦਾ ਹਾਂ ਤੁਸੀਂ ਗਿਆਨ ਸਾਗਰ ਵਿੱਚੋਂ ਨਿਕਲੀਆਂ ਹੋਈਆਂ ਗਿਆਨ ਗੰਗਾਵਾ ਹੈ ਉਹ ਅਸਲ ਵਿੱਚ ਗੰਗਾ ਅੱਖਰ ਰਾਈਟ ਨਹੀਂ ਹੈ ਪਰ ਗਾਇਨ ਚੱਲਿਆ ਆਉਂਦਾ ਹੈ ਇਸ ਲਈ ਭੇਟ ਕੀਤੀ ਜਾਂਦੀ ਹੈ ਬਾਪਾ ਕੇ ਪੁਰਾਣੀ ਦੁਨੀਆ ਦੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨੂੰ ਨਵਾਂ ਬਣਾਉਂਦਾ ਹੈ ਸਵਰਗ ਨਵੀਂ ਚੀਜ਼ ਹੈ ਨਵੀਂ ਚੀਜ਼ ਦਾ ਸਮਾਚਾਰ ਬਾਪ ਹੀ ਜਾਣਦੇ ਹੈ ਦੁਨੀਆ ਨਹੀਂ ਜਾਣਦੀ ਹੈ ਭਗਵਾਨ ਨੂੰ ਬਾਤ ਹੈ ਪਰ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਦਾ ਨਾਮ ਪਾ ਕੇ ਸਬਦਾ ਬੁੱਧੀ ਜੋਗ ਟੁੱਟ ਗਿਆ ਹੈ ਇਸ ਲਈ ਸਰਬ ਵਿਆਪੀ ਕਹਿ ਦਿੱਤਾ ਹੈ ਸ਼੍ਰੀ ਕ੍ਰਿਸ਼ਨ ਦੇ ਨਾਲ ਬੋਤਿਆਂ ਦਾ ਬੁੱਧੀ ਜੋਗ ਹੈ ਜਿੱਥੇ ਵੀ ਗੀਤਾ ਦਾ ਮਾਨ ਹੈ ਜਿਵੇਂ ਸ਼੍ਰੀ ਕ੍ਰਿਸ਼ਨ ਦਾ ਮਾਨ ਹੈ ਅਸਲ ਵਿੱਚ ਬਾਪ ਦੀ ਮਹਿਮਾ ਦੀ ਟੋਪੀ ਬੱਚੇ ਦੇ ਉੱਪਰ ਆ ਗਈ ਹੈ ਇਹ ਵੀ ਡਰਾਮੇ ਵਿੱਚ ਨੁਂਦ ਹੈ ਇਹ ਬਾਪ ਆ ਕੇ ਸਮਝਾਉਂਦੇ ਹੈ 바ਵਾ ਬਾਰ-ਬਾਰ ਸਮਝਾਉਂਦੇ ਹੈ ਜਦੋਂ ਕੋਈ ਆਉਂਦਾ ਹੈ ਤਾਂ ਹਰ ਇੱਕ ਦਾ ਅਕੂਪੇਸ਼ਨ ਪੁੱਛੋ ਇਸ ਨਾਲ ਤੁਹਾਡਾ ਕੀ ਸੰਬੰਧ ਹੈ 바ਵਾ ਨੇ ਪ੍ਰਸ਼ਨਵਲੀ ਚੰਗੀ ਬਣਾਈ ਹੈ ਸਰਵਿਸ ਦਾ ਬੜੀ ਚੰਗੀ ਹੋ ਸਕਦੀ ਹੈ ਸਰਵਿਸ ਤਾਂ ਜਗ ਤੰਬਾ ਦੇ ਮੰਦਿਰ ਵਿੱਚ ਬੜੀ ਚੰਗੀ ਹੋ ਸਕਦੀ ਹੈ ਉੱਥੇ ਜਾ ਕੇ ਸਮਝਾਓ ਇਹ ਹੈ ਜਗ ਤੰਬਾ ਸ੍ਰਿਸ਼ਟੀ ਨੂੰ ਰਚਣ ਵਾਲੀ ਮਾਤਾ ਕਿਹੜੀ ਦੁਨੀਆ ਰਚਦੀ ਹੈ ਜ਼ਰੂਰ ਨਵੀਂ ਦੁਨੀਆ ਰਚੇਗੀ ਅੱਛਾ ਇਸ ਮਾਤਾ ਦੇ ਪਿਤਾ ਕੌਣ ਹੈ ਇਹਨਾਂ ਨੂੰ ਜਨਮ ਕਿਸ ਨੇ ਦਿੱਤਾ ਮਨੁੱਖਤਾ ਮੁਖ ਵੰਸ਼ਾਵਲੀ ਦਾ ਅਰਥ ਵੀ ਨਹੀਂ ਸਮਝ ਸਕਦੇ ਹੈ ਤੁਸੀਂ ਜਾਣਦੇ ਹੋ ਇਹਨਾਂ ਨੂੰ ਪਰਮ ਪਿਤਾ ਪਰਮਾਤਮਾ ਨੇ ਜਨਮ ਦਿੱਤਾ ਹੈ ਤੁਸੀਂ ਬੱਚਿਆਂ ਨੂੰ ਵੀ ਸਮਝਾਉਣਾ ਪਏ ਜਗਤੰਬਾ ਮੁਖ ਵੰਸ਼ਵਲੀ ਹੈ ਪਰੰਤੂ ਕਿਵੇਂ ਪਰਮ ਪਿਤਾ ਪਰਮਾਤਮਾ ਤਾਂ ਨਿਰਾਕਾਰ ਹੈ ਸਮਝਾਇਆ ਜਾਂਦਾ ਹੈ ਬ੍ਰਹਮਾ ਤਾਂ ਨਾਲ ਪਰਮ ਪਿਤਾ ਪਰਮਾਤਮਾ ਨੇ ਆ ਕੇ ਜਿਵੇਂ ਇਸ ਬ੍ਰਹਮਾ ਨੂੰ ਅਡਾਪਟ ਕੀਤਾ ਉਵੇਂ ਬੱਚੀ ਨੂੰ ਵੀ ਕੀਤਾ ਹੈ ਇਹ ਗੱਲਾਂ ਸਭ ਦੀ ਬੁੱਧੀ ਵਿੱਚ ਸਾਈ ਨਹੀਂ ਠਹਿਰਦੀਆਂ ਕੜੀ-ਕੜੀ ਭੁੱਲ ਜਾਂਦੇ ਹੈ ਬੱਚੇ ਸਰਵਿਸ ਦਾ ਬਹੁਤ ਕਰ ਸਕਦੇ ਹੈ ਜਗਤੰਬਾ ਦੇ ਮੰਦਰ ਵਿੱਚ ਪ੍ਰਿਚਯ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਬੁੱਧੀ ਜੋਗ ਬਾਪ ਨਾਲ ਲੱਗੇ ਜਗਤੰਬਾ ਵੀ ਉਹਨਾਂ ਨਾਲ ਜੋਗ ਲਗਾਉਂਦੀ ਹੈ ਤਾਂ ਅਸੀਂ ਵੀ ਉਹਨਾਂ ਨਾਲ ਜੋਗ ਲਗਾਈਏ ਇੇਠਾਂ ਜਗਤੰਬਾ ਤਪ ਕਰ ਰਹੀ ਹੈ ਉਹਨਾਂ ਦਾ ਮੰਦਿਰ ਉੱਪਰ ਹੈ ਥੱਲੇ ਰਾਜ ਜੋਗ ਦੀ ਤਪੱਸਿਆ ਕਰ ਰਹੇ ਹੈ ਫਿਰ ਰਾਜ ਰਾਜੇਸ਼ਵਰੀ ਸਵਰਗ ਦੀ ਮਾਲਕ ਬੰਦੀ ਹੈ ਸਤਜੁਗ ਵਿੱਚ ਹਲੇ ਹੈ ਕਲਯੁਗ ਫਿਰ ਜਦੋਂ ਤਪ ਵਿੱਚ ਬੈਠੇ ਤਾਂ ਤੇ ਸਵਰਗ ਦਾ ਮਾਲਕ ਬਣੇ ਨਾ ਤੁਹਾਡੀ ਬੁੱਧੀ ਵਿੱਚ ਇਹ ਸਾਰਾ ਗਿਆਨ ਰਹਿਣਾ ਚਾਹੀਦਾ ਹੈ ਇਹ ਸੱਚੀ رائے ਮਨੁੱਖਾਂ ਨੂੰ ਦਿੱਤੀ ਜਾਂਦੀ ਹੈ ਤੁਸੀਂ ਹਰ ਇੱਕ ਦਾ ਪਰਿਚਯ ਦਿੰਦੇ ਹੋ ਪਰੰਤੂ ਸਭ ਦੀ ਬੁੱਧੀ ਵਿੱਚ ਕੋਈ ਜਲਦੀ ਥੋੜੀ ਵੱਢ ਸਕਦਾ ਹੈ ਬੈਠੇ ਉਦੋਂ ਜਦੋਂ ਸਰਵਿਸ ਵਿੱਚ ਲੱਗ ਜਾਣਾ ਚਿੱਤਰ ਵੀ ਬਹੁਤ ਚੰਗੇ ਬਣੇ ਹੋਏ ਹੈ ਲక్ష్ਮੀ ਨਾਰਾਇਣ ਦੇ ਮੰਦਿਰ ਵਿੱਚ ਜਾ ਕੇ ਸਮਝਾ ਸਕਦੇ ਹੋ 바ਵਾ ਕਹਿੰਦੇ ਹੈ ਮੇਰੇ ਭਗਤਾਂ ਨੂੰ ਸੁਣਾਓ ਭਗਤ ਜਰੂਰ ਮੰਦਿਰ ਵਿੱਚ ਵੀ ਮਿਲਣਗੇ ਉਹਨਾਂ ਨੂੰ ਪਿਆਰ ਨਾਲ ਸਮਝਾਓ ਇਹ ਜਿਹੜੇ ਲక్ష్ਮੀ ਨਾਰਾਇਣ ਦੇ ਚਿੱਤਰ ਹੈ ਉਹਨਾਂ ਦੇ ਲਈ ਸਾਰੇ ਕਹਿਣਗੇ ਇਹ ਸਵਰਗ ਦੇ ਮਾਲਿਕ ਹੈ اچھا ਹੁਣ ਕੀ ਹੈ ਜਰੂਰ ਕਹਿਣਗੇ ਕਲਯੁਗ ਕਲਯੁਗ ਵਿੱਚ ਦੁੱਖ ਹੀ ਦੁੱਖ ਹੈ ਫਿਰ ਉਹਨਾਂ ਨੂੰ ਬਾਦਸ਼ਾਹੀ ਕਿਵੇਂ ਮਿਲੀ ਤੁਸੀਂ ਜਾਣਦੇ ਹੋ ਤਾਂ ਸਭ ਨੂੰ ਸੁਣਾ ਸਕਦੇ ਹੋ ਇੱਕ ਨੂੰ ਸਮਝਾਓਗੇ ਤਾਂ ਸਤਸੰਗ ਇਕੱਠਾ ਹੋ ਜਾਵੇਗਾ ਫਿਰ ਸਾਰੇ ਕਿਣਗੇ ਸਾਡੇ ਕੋਲ ਆਓ ਮੰਦਿਰ ਵਿੱਚ بڑا ਮੇਲਾ ਲੱਗਦਾ ਹੈ RAM ਦੇ ਮੰਦਿਰ ਵਿੱਚ ਜਾ ਕੇ ਉਹਨਾਂ ਦਾ ਅਕੂਪੇਸ਼ਨ ਦੱਸ ਸਕਦੇ ਹੋ ਹੌਲੀ ਹੌਲੀ ਝੁਕਤੀ ਨਾ ਸਮਝਾਣਾ ਚਾਹੀਦਾ ਹੈ ਕਈ ਬੱਚੇ ਲਿਖਦੇ ਹੈ 바ਵਾ ਅਸੀਂ ਇਵੇਂ ਇਵੇਂ ਸਮਝਾਇਆ ਇੱਕ ਨੂੰ ਸਮਝਾਉਣ ਨਾਲ ਦੂਜੇ ਵੀ ਬੁਲਾਉਂਦੇ ਹੈ ਸਾਡੇ ਘਰ ਵਿੱਚ ਵੀ 7 ਦਿਨ ਦਾ ਪੋਸ਼ਨ ਚੱਲੇ ਤਾਂ ਚੰਗਾ ਹੈ ਫਿਰ ਉੱਥੇ ਕੋਈ ਹੋਰ ਨਿਕਲਣਗੇ ਕੋਈ ਵੀ ਬੁਲਾਵੇ ਉਸ ਨੂੰ ਇਸ ਤਰ੍ਹਾਂ ਸਮਝਾਣਾ ਚਾਹੀਦਾ ਹੈ ਜੋ ਛੱਡੇ ਨਹੀਂ ਪਾਸ਼ਨ ਕਰਨ ਨਾਲ ਲਾਗੇ ਲਾਗੇ ਦੇ ਮਿੱਤਰ ਸਬੰਧੀ ਵੀ ਸਾਰੇ ਇਕੱਠੇ ਹੋਣਗੇ ਇਸ ਤਰ੍ਹਾਂ ਬਿਬਾਧ ਹੁੰਦਾ ਹੈ ਸੈਂਟਰ ਤੇ ਐਨੇ ਨਹੀਂ ਆ ਸਕਦੇ ਹੈ ਇਹ ਚੰਗੀ ਜੁਗਤੀ ਹੈ ਅਜਿਹੀ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਤਰੀਕਾ ਮੁਸ਼ਕਿਲ ਕਿਸੇ ਨੂੰ ਆਉਂਦਾ ਹੈ ਗਿਆਨ ਦੀ ਰੋਸ਼ਨੀ ਚਾਹੀਦੀ ਹੈ 바ਵਾ ਕਿੰਨੀ ਦੂਰ ਤੋਂ ਸਾਨੂੰ ਸਿੱਖ ਕਲਣ ਲਈ ਆਇਆ ਹੈ ਜੇਕਰ ਸਰਵਿਸ ਨਹੀਂ ਕਰਾਂਗੇ ਤਾਂ ਉੱਚ ਪਦਵੀ ਪਾ ਨਹੀਂ ਸਕਦੇ ਸਕੂਲ ਵਿੱਚ ਬੜੇ ਵਧੀਆ ਚਮਤਕਾਰੀ ਹੁੰਦੇ ਹੈ ਉਛਲਦੇ ਰਹਿੰਦੇ ਹੈ ਇਹ ਵੀ ਪੜਾਈ ਹੈ ਇਹ ਵੰਡਰਫੁਲ ਪੜਾਈ ਹੈ ਇਸ ਵਿੱਚ ਬੁੱਢੇ ਜਵਾਨ ਬੱਚੇ ਸਭ ਪੜਦੇ ਹੈ ਗਰੀਬਾਂ ਨੂੰ ਹੋਰ ਵੀ ਚੰਗਾ ਮੌਕਾ ਹੈ ਸੰਿਆਸੀ ਵੀ ਅਸਲ ਵਿੱਚ ਗਰੀਬ ਹੈ ਕਿੰਨੇ ਵੱਡੇ ਵੱਡੇ ਅਮੀਰ ਮਨੁੱਖ ਆਪਣੇ ਕੋਲ ਬੁਲਾਉਂਦੇ ਹੈ ਸਨੇਸੀਆਂ ਨੇ ਘਰ-ਬਾਰ ਛੱਡਿਆ ਬੇਕਰ ਹੋ ਗਏ ਕੁਝ ਵੀ ਉਹਨਾਂ ਦੇ ਕੋਲ ਨਹੀਂ ਹੈ ਤੁਸੀਂ ਵੀ ਹਲੇ ਬੇਕਰ ਹੋ ਫਿਰ ਪ੍ਰਿੰਸ ਬੰਦੇ ਹੋ ਉਹ ਵੀ ਬੇਕਰ ਹੈ ਇਸ ਵਿੱਚ ਪਵਿੱਤਰਤਾ ਦੀ ਗੱਲ ਹੈ ਤੁਹਾਡੇ ਕੋਲ ਹੋਰ ਕੁਝ ਨਹੀਂ ਹੈ ਤੁਸੀਂ ਦੇਨੂ ਵੀ ਭੁੱਲ ਜਾਂਦੇ ਹੋ ਦੇਸ਼ ਸੇਤ ਸਭ ਕੁਝ ਤਿਆਗ ਕੇ ਬਾਪ ਦੇ ਬੰਦੇ ਹੋ ਜਿੰਨਾ ਇੱਕ ਬਾਪ ਨੂੰ ਯਾਦ ਕਰੋਗੇ ਉੰਨੇ ਹੀ ਤੜਨਾ ਹੋਵੇਗੀ ਇੱਕ ਰਸਤਾ ੜਨਾ ਹੋ ਜਾਵੇ ਉਸ ਦੇ ਲਈ ਮਿਹਨਤ ਚਾਹੀਦੀ ਹੈ ਅਸੀਂ 바ਵਾ ਦੇ ਕੋਲ ਜਾਣਾ ਹੈ ਤਾਂ ਇਸ ਪੁਰਾਣੀ ਦੁਨੀਆ ਦਾ ਖਿਆਲ ਕੀ ਰੱਖੀਏ ਜਦੋਂ ਤੱਕ ਪੱਕੀ ਅਵਸਥਾ ਹੋ ਜਾਵੇ ਤਦ ਤੱਕ ਇਸ ਪੁਰਾਣੀ ਦੁਨੀਆ ਪੁਰਾਣੇ ਸਰੀਰ ਵਿੱਚ ਹੁਣ ਤੁਸੀਂ ਇੱਕ ਰਸਤ ਵਿਵਹਾਰ ਵਿੱਚ ਰਹਿ ਕੇ ਪਵਿੱਤਰ ਬਣਨਾ ਹੈ ਇਸ ਮੌਤ ਦੀ ਦੁਨੀਆ ਤੋਂ ਹਿਸਾਬ ਕਿ ਤਦ ਚੁਕਤੂ ਹੁੰਦਾ ਹੈ ਹੁਣ ਅਮਰ ਲੋਕ ਜਾਣਾ ਹੈ ਘਰ ਨੂੰ ਕੜੀ-ਕੜੀ ਯਾਦ ਕਰਨ ਨਾਲ ਪੁਰਾਣੀ ਦੁਨੀਆ ਭੁੱਲਦੀ ਜਾਵੇਗੀ ਬੋਲੋ ਗੀਤਾ ਵਿੱਚ 바ਵਾ ਨੇ ਕੀ ਕਿਹਾ ਹੈ ਭਗਵਾਨ ਨੂੰ बाबा ਕੀ ਹਜਾਂਦਾ ਹੈ ਨੀਰਾਕਾਰ 바ਵਾ ਕਹਿੰਦੇ ਹੈ ਮਮੇ ਕਮ ਯਾਦ ਕਰੋ ਜੋਗ ਅਗਨੀ ਨਾਲ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ ਇਹ ਭਗਵਾਨ ਦੇ ਮਹਾਵਾਖ ਹੈ ਕਿ ਇਸ ਪੁਰਾਣੀ ਦੁਨੀਆ ਅਤੇ ਪੁਰਾਣੀ ਦੇ ਨੂੰ ਛੱਡੋ ਦੇਹੀ ਅਭਿਮਾਨੀ ਬਣ ਕੇ ਲਗਾਤਾਰ 바ਵਾ ਨੂੰ ਯਾਦ ਕਰੋ ਭਗਵਾਨ ਹੈ ਨੀਰਾਕਾਰ ਆਤਮਾ ਸਰੀਰ ਲੈ ਕੇ ਟੋਕੀ ਬੰਦੀ ਹੈ 바ਵਾ ਦਾ ਤਾਂ ਗਰਭ ਤੋਂ ਜਨਮ ਨਹੀਂ ਲੈਂਦੇ ਹੈ ਉਹਨਾਂ ਦਾ ਨਾਮ ਹੈ ਇੱਕ ਸ਼ਿਵ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਆਪਣਾ ਸੁਕਸ਼ਮ ਸਰੀਰ ਹੈ ਇਹ ਹੈ ਹੀ ਨਿਰਾਕਾਰ ਪਰਮ ਪਿਤਾ ਪਰਮਾਤਮਾ ਫਿਰ ਉਹਨਾਂ ਦਾ ਨਾਮ ਹੈ ਸ਼ਿਵ ਉਸ ਨੂੰ ਹੀ ਗਿਆਨ ਦਾ ਸਾਗਰ ਕਹਿੰਦੇ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਰਚਤਾ ਨਹੀਂ ਕਹਾਂਗੇ ਰਚਤਾ ਇੱਕ ਹੀ ਨਿਰਾਕਾਰ ਨੂੰ ਕਿਹਾ ਜਾਂਦਾ ਹੈ ਉਹ ਫਿਰ ਸਾਕਾਰੀ ਰਚਨਾ ਕਿਵੇਂ ਰਚੇ ਤਾਂ ਬ੍ਰਹਮਾ ਦੁਆਰੇ ਆ ਕੇ ਸਮਝਾਉਂਦੇ ਹੈ श्री कृष्ण ਤਾਂ ਹੋ ਨਾ ਸਕੇ ब्रह्मा ਦੇ ਹੱਥ ਵਿੱਚ ਹੀ বেদ ਸ਼ਾਸਤਰ ਵਿਖਾਉਂਦੇ ਹੈ ਗਾਇਆ ਵੀ ਹੋਇਆ ਹੈ ब्रह्मा ਦੁਆਰਾ ਸਥਾਪਨਾ ब्रह्मा ਦੁਆਰੇ ਸਾਰੇ বেদ ਸ਼ਾਸਤਰਾਂ ਦਾ ਸਾਰ ਸੁਣਾਉਂਦੇ ਹੈ ਨੀਰਾਕਾਰ ਸੁਣਾਉਂਦੇ ਹੈ ਸਾਕਾਰ ਦੁਆਰਾ ਇਹ ਗੱਲਾਂ ਚੰਗੀ ਤਰ੍ਹਾਂ ਧਾਰਨ ਕਰਨੀਆਂ ਪੈਂਦੀਆਂ ਹੈ ਭਗਵਾਨ ਨੂੰ ਬਾਚ ਮੈਂ ਰਾਜ ਯੋਗ ਸਿੱਖ ਲਾਂਦਾ ਹਾਂ ਵਿਨਾਸ਼ ਤੋਂ ਪਹਿਲੇ ਸਥਾਪਨਾ ਵੀ ਜ਼ਰੂਰ ਚਾਹੀਦੀ ਹੈ ਪਹਿਲੇ ਪਹਿਲੇ ਸਥਾਪਨਾ ਬੜਾ ਹੀ ਕਲੀਅਰ ਕਰ ਲਿਖਦੇ ਰਹਿੰਦੇ ਹੈ ਬ੍ਰਹਮਾ ਦੁਆਰਾ ਜ਼ਰੂਰ ਵੰਸ਼ੀ ਘਰਾਣੇ ਦੀ ਸਥਾਪਨਾ ਲਿਖਤ ਵਿੱਚ ਬੜਾ ਵਧੀਆ ਰਾਜ ਹੈ ਪਰ ਜਦੋਂ ਕੋਈ ਮਿਹਨਤ ਕਰ ਸਰਵਿਸ ਵਿੱਚ ਲੱਗ ਜਾਵੇ ਸਰਵਿਸ ਵਿੱਚ ਲੱਗ ਜਾਣ ਨਾਲ ਫਿਰ ਮਜ਼ਾ ਆਵੇਗਾ ਮम्मा बाबा ਨੂੰ ਵੀ ਸਰਵਿਸ ਵਿੱਚ ਮਜ਼ਾ ਆਉਂਦਾ ਹੈ ਬੱਚਿਆਂ ਨੂੰ ਵੀ ਸਰਵਿਸ ਕਰਨੀ ਹੈ ਮम्मा ਨੂੰ ਤੇ ਆ ਮੰਦਿਰ ਵਿੱਚ ਨਹੀਂ ਲੈ ਜਾਵਾਂਗਾ ਮੰਮਾ ਦੀ ਬੜੀ ਮਹਿਮਾ ਹੈ ਬੱਚਿਆਂ ਨੂੰ ਤਾਂ ਜਾਣਾ ਹੀ ਪਏ 바ਵਾ ਕਹਿੰਦੇ ਹੈ ਬਾਨ ਪ੍ਰਸਤੀਆਂ ਦੇ ਕੋਲ ਜਾ ਕੇ ਪ੍ਰਸ਼ਨ ਪੁੱਛੋ ਫਿਰ ਸਮਝਾਓ ਕਿ ਕਦੇ ਗੀਤਾ ਪੜ੍ਹੀ ਹੈ ਗੀਤਾ ਦਾ ਭਗਵਾਨ ਕੌਣ ਹੈ ਭਗਵਾਨ ਤਾਂ ਇੱਕ ਹੀ ਨਿਰাকার ਹੁੰਦਾ ਹੈ ਸਹਕਾਰ ਨੂੰ ਭਗਵਾਨ ਨਹੀਂ ਕਹਾਂਗੇ ਭਗਵਾਨ ਇੱਕ ਹੈ ਇਸ ਵਿੱਚ ਸਰਵਿਸ ਦਾ ਬੜਾ ਵਿਚਾਰ ਸਾਗਰ ਮੰਥਨ ਚੱਲਣਾ ਚਾਹੀਦਾ ਹੈ ਪ੍ਰੈਕਟਿਸ ਕਰਨੀ ਹੈ ਤਾਂ ਬਾਹਰ ਜਾ ਕੇ ਟ੍ਰਾਇਲ ਕਰਨਾ ਚਾਹੀਦਾ ਹੈ ਜਗ ਤੰਬਾ ਦਾ ਦਰਸ਼ਨ ਕਰਨਾ ਰੋ ਜਾਂਦੇ ਹੈ ਤ੍ਰਿਵੇਣੀ ਤੇ ਵੀ ਮਨੁੱਖ ਬਹੁਤ ਜਾਂਦੇ ਹੈ ਉੱਥੇ ਵੀ ਜਾ ਕੇ ਸਰਵਿਸ ਕਰਨਾ ਭਾਸ਼ਣ ਕਰਨ ਦਾ ਢੇਰ ਆ ਕੇ ਇਕੱਠੇ ਹੋਣਗੇ ਬੁਲਾਵਾ ਦਿੰਦੇ ਰਹਿਣਗੇ ਸਾਡੇ ਕੋਲ ਆ ਕੇ ਸਤ ਸੰਗ ਕਰੋ ਮਮਾ ਪਾਪਾ ਤੇ ਕਿਤਰੇ ਜਾ ਨਹੀਂ ਸਕਦੇ ਬੱਚੇ ਜਾ ਸਕਦੇ ਹੈ ਬੰਗਾਲ ਵਿੱਚ ਕਾਲੀ ਦਾ ਮੰਦਿਰ ਹੈ ਉੱਥੇ ਵੀ ਬੜੀ ਸੇਵਾ ਕਰ ਸਕਦੇ ਹੋ ਕਾਲੀ ਕੌਣ ਹੈ ਇਸ ਦੇ ਪਛਨ ਕਰੋ ਪਰੰਤੂ ਹਿੰਮਤ ਚਾਹੀਦੀ ਹੈ ਬਾਬਾ ਜਾਣਦੇ ਹੈ ਕੌਣ ਸਮਝਾ ਸਕਦੇ ਹੈ ਜਿਨ੍ਹਾਂ ਵਿੱਚ ਦੇ ਅਭਿਮਾਨ ਹੈ ਉਹ ਕੀ ਸਰਵਿਸ ਕਰਨਗੇ ਸਰਵਿਸ ਦਾ ਸਬੂਤ ਨਹੀਂ ਦਿੰਦੇ ਹੈ ਸਰਵਿਸ ਜੇਕਰ ਨਹੀਂ ਕੀਤੀ ਤਾਂ ਨਾਮ ਬਦਨਾਮ ਕਰਨਗੇ ਜੋਗੀ ਵਿੱਚ ਬਲਬੜਾ ਹੁੰਦਾ ਹੈ ਸਮਝਾਉਣ ਲਈ ਪੁਆਇੰਟਸ ਤਾਂ ਬਹੁਤ ਦੇ ਰਹੇ ਹੁੰਦੇ ਹੈ ਪਰ ਚੰਗੇ ਚੰਗੇ ਮਹਾਰਥੀ ਵੀ ਭੁੱਲ ਜਾਂਦੇ ਹੈ ਸਰਵਿਸ ਤਾਂ ਬਹੁਤ ਹੈ ਇਸ ਨੂੰ ਕਿਹਾ ਜਾਂਦਾ ਹੈ ਬੇਹਦ ਦੀ ਸਰਵਿਸ ਫਿਰ ਮਾਨ ਵੀ ਬਹੁਤ ਪਾਉਂਦੇ ਹੈ ਮੁੱਖ ਹੈ ਪਵਿੱਤਰਤਾ ਦੀ ਗੱਲ ਚਲਦੇ ਚਲਦੇ ਟੁੱਟ ਜਾਂਦੇ ਹੈ ਲੋਕਿਕ ਬਾਪ ਤੋਂ ਕਦੇ ਕਿਸੇ ਦਾ ਵਿਸ਼ਵਾਸ ਨਹੀਂ ਟੁੱਟਦਾ ਇੱਥੇ 바ਬਾ ਕੋਲ ਜਨਮ ਲੈਂਦੇ ਹੈ ਇਸ ਤਰ੍ਹਾਂ ਦੇ ਬਾਪ ਨੂੰ ਫਿਰ ਭੁੱਲ ਜਾਂਦੇ ਹੈ ਕਿਉਂਕਿ ਵਿਚਿੱਤਰ ਹੈ ਅਜੇਹੇ ਬਾਪ ਦਾ ਚਿੱਤਰ ਨਹੀਂ ਹੈ ਬਾਪ ਕਹਿੰਦੇ ਹੈ ਮੈਨੂੰ ਯਾਦ ਕਰੋ ਅਤੇ ਤੁਸੀਂ ਪਵਿੱਤਰ ਬਣੋ ਤੇ ਮੇਰੇ ਕੋਲ ਆ ਜਾਓਗੇ ਆਤਮਾ ਸਮਝਦੀ ਹੈ ਅਸੀਂ ਹੀ 84 ਜਨਮ ਦਾ 파ਟ বাজਾਇਆ ਹੈ ਆਤਮਾ ਵਿੱਚ 파ਟ ਨੁੰਦਿਆ ਹੋਇਆ ਹੈ ਸ਼ਰੀਰ ਵਿੱਚ ਥੋੜੀ 파ਟ ਹੈ ਕਿੰਨੀ ਛੋਟੀ ਜਿਹੀ ਆਤਮਾ ਵਿੱਚ ਕਿੰਨਾ ਭਾਰੀ 파ਟ ਹੈ ਇਹ ਬੁੱਧੀ ਵਿੱਚ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ ਬੇਵਾਰ ਦੇ ਨਾਲ ਇਹ ਵੀ ਸਰਵਿਸ ਕਰ ਸਕਦੇ ਹੋ ਮਾਪਪਤੇ ਕਿਧਰੇ ਵੀ ਨਹੀਂ ਜਾਣਗੇ ਬੱਚੇ ਕਿੱਥੇ ਵੀ ਜਾ ਕੇ ਸਰਵਿਸ ਕਰ ਸਕਦੇ ਹੈ ਬੱਚਿਆਂ ਨੂੰ ਹੀ ਲੱਕੀ ਸਟਾਰ ਕਿਹਾ ਜਾਂਦਾ ਹੈ ਅੱਛਾ ਮਿੱਠੇ ਮਿੱਠੇ ਗਿਆਨ ਲੱਕੀ ਸਿਤਾਰਿਆਂ ਨੂੰ ਮਾਤ ਪਿਤਾ ਬਾਪਦਾਦਾ ਜੀ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਧਰ ਨਾਲੇ ਮੁੱਖਿਆ ਸਰ ਨੰਬਰ 1 ਪਰ ਦੇ ਅਭਿਮਾਨ ਛੱਡ ਕੇ ਸਰਵਿਸ ਕਰਨੀ ਹੈ विचार सागर मंथन करके बेहद ही सर्विस का सबूत देना है नंबर दूसरा इस मृत्युलोक ਤੋਂ ਸਾਰੇ ਹਿਸਾਬ ਕਿਤਾਬ ਚੁਕਤੂ ਕਰਨੇ ਹੈ ਪੁਰਾਣੀ ਦੇ ਅਤੇ ਪੁਰਾਣੀ ਦੁਨੀਆ ਨੂੰ ਬੁੱਧੀ ਤੋਂ ਭੁੱਲਦੇ ਜਾਣਾ ਹੈ ਵਰਦਾਨ ਹੈ ਅੱਜ ਦਾ ਇੱਕ ਦੀ ਸਮ੍ਰਿਤੀ ਦੁਆਰਾ ਇੱਕ ਰਸ ਸਥਿਤੀ ਬਣਾਉਣ ਵਾਲੇ ਉੱਚ ਪਦਵੀ ਦੇ ਅਧਿਕਾਰੀ ਭਵ ਇੱਕ ਦੀ ਸਮ੍ਰਿਤੀ ਦੁਆਰਾ ਇੱਕ ਰਸ ਸਥਿਤੀ ਬਣਾਉਣ ਵਾਲੇ ਉੱਚ ਪਦਵੀ ਦੇ ਅਧਿਕਾਰੀ ਭਵ ਆਜ ਬਾਬਾ ਆਖਦੇ ਨੇ ਇੱਕ ਰਸ ਸਥਿਤੀ ਬਣਾਉਣ ਦੇ ਲਈ ਸਦਾ ਇੱਕ ਦੀ ਸਮਰਿਤੀ ਵਿੱਚ ਸਥਿਤ ਰਹੋ ਜੇਕਰ ਇੱਕ ਦੀ بجائے ਦੂਜਾ ਕੋਈ ਵੀ ਜਾਦਾ ਆਇਆ ਤਾਂ ਇੱਕ ਰਸ ਦੀ বাজਾਏ ਬਹੁ ਰਸ ਸਥਿਤੀ ਹੋ ਜਾਵੇਗੀ ਇਸ ਵਿਲੇ ਹੋਰ ਕੋਈ ਰਸ ਆਕਰਸ਼ਿਤ ਕਰਦਾ ਹੈ ਉਸ ਵਿਲੇ ਜੇਕਰ ਤੁਹਾਡਾ ਅੰਮ੍ਰਿਤ ਵਿਲਾ ਅੱਜ ਉਸ ਵਿਲੇ ਜੇਕਰ ਤੁਹਾਡਾ ਅੰਤਿਮ ਵਿਲਾ ਆ ਜਾਏ ਤਾਂ ਉੱਚ ਪਦਵੀ ਨਹੀਂ ਮਿਲ ਸਕਦੀ ਇਸ ਲਈ ਹਰ ਸੈਕਿੰਡ ਅਟੈਨਸ਼ਨ ਰੱਖੋ ਸਦਾ ਇੱਕ ਦਾ ਪਾਠ ਪੱਕਾ ਕਰੋ ਇੱਕ ਬਾਪ ਇੱਕ ਹੀ ਸੰਗਤ ਦਾ ਸਮੇਂ ਹੈ ਅਤੇ ਇੱਕ ਰਸਤੀਤੀ ਵਿੱਚ ਰਹਿਣਾ ਹੈ ਤਾਂ ਉੱਚ ਪਦਵੀ ਦਾ ਅਧਿਕਾਰ ਮਿਲ ਜਾਵੇਗਾ ਸਲੋਗਨ ਅਜ ਦਾ ਸ਼ੁੱਧ ਸੰਕਲਪਾਂ ਦਾ ਭੋਜਨ ਸਵੀਕਾਰ ਕਰਨ ਵਾਲੇ ਹੀ ਸੱਚੇ ਸੱਚੇ ਵੈਸ਼ਨਵ ਹੈ ਸ਼ੁੱਧ ਸੰਕਲਪਾਂ ਦਾ ਭੋਜਨ ਸਵੀਕਾਰ ਕਰਨ ਵਾਲੇ ਹੀ ਸੱਚੇ ਸੱਚੇ ਵੈਸ਼ਨਵ ਹੈ ਅੱਛਾ ਓਮ ਸ਼ੰਤੀ